ਹਾਂ ਜੀ ਸੁਰਿੰਦਰ ਕੌਰ ਜੀ ਮੈਂ ਸੁਣਿਆ ਤੁਸੀਂ ਕਿਤੇ ਗਏ ਸੀ ਉੱਥੇ ਤੁਸੀਂ ਗਵਾਚ ਗਏ ਛਿੱਤਰ ਨਾ ਖਾ ਲਿਓ ਤੁਸੀਂ ਮੈਂ ਗਵਾ ਸਕਦੀ ਆ ਦੇਖੋ ਮੈਂ ਤੁਹਾਨੂੰ ਪਹਿਲਾਂ ਪੁੱਛ ਲਿਆ ਇਧਰ ਪਤਾ ਸੀ ਝੂਠਾ ਬੋਲਿਆ ਕਰੋ ਗਲਤ ਮਲਤ ਗੱਲਾਂ ਨਾ ਕਰਿਆ ਕਰੋ ਛਿੱਤਰ ਖਾ ਲਓਗੇ ਬੇਬੀ ਗਈ ਸੀਗੀ ਕਿਤੇ ਕੰਮ ਚੜ ਚੜ ਕੇ ਜਿਹੜੇ ਸਾਡੇ ਸਿਰੋਂ ਚੜੇ ਬੱਲੀਏ ਥੱਲੋ ਕਿਲਦਾ ਵੇਖ ਗੋਡੇ ਵੀ ਐਂ ਨੱਚਦੀ ਆ ਕੀ ਨੂੰ ਆਊਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਵਿੱਚ ਜਿਹਦਾ ਨਾਮ ਦਾ ਸਾਰਿਆਂ ਨੂੰ ਪਤਾ ਹੀ ਆ ਆ ਬੋਲਿਆ ਕਰ ਤੂੰ ਸਦਾਈ ਮੈਂ ਥੋੜਾ ਸਿੱਧੜਾ ਤੂੰ ਆ ਤੇ ਨਾਲ ਦੱਸਿਆ ਨਹੀਂ ਨਾ ਦੱਸ ਗਗਨ ਲਾਲੀ ਸੋ ਵਲੌਗ ਦੀ ਕਰਤੀ ਆਪਾਂ ਸਟਾਰਟਿੰਗ ਸੋ ਅੱਜ ਦਾ ਵਲੌਗ ਹੋਊਗਾ ਜਿਹਦੇ ਵਿੱਚ ਸਾਡਾ ਕਈ ਕੁਝ ਵਿਕ ਜਾਣਾ ਵਾ ਠੀਕ ਆ ਅੱਜ ਆਪਣਾ ਯਾਰ ਗਰੀਬ ਹੋਏ ਪਏ ਆ ਲੋਕੀ ਕੀ ਕਹਿੰਦੇ ਆ ਬਾਹਰੋਂ ਘੁੰਮ ਕੇ ਸਮਾਨ ਲੈ ਕੇ ਆਉਂਦੇ ਆ ਉਧਰੋਂ ਆਵਾਜ਼ ਆਉਂਦੀ ਕਿ ਗੂਗਲ ਪੇ ਨੰਬਰ ਪਾ ਹੀ ਦਈਏ ਫਿਰ ਇਹ ਸੋਚਦੇ ਨਹੀਂ ਗੂਗਲ ਪੇ ਨੰਬਰ ਪਾ ਹੀ ਦਈਏ 700 760 ਨਹੀਂ ਆ ਤੇ ਦੂਜਾ ਅੱਛਾ ਪਾਹੋ ਆਹੀ ਆ ਜਾਂਦਾ ਜੀ ਅੱਛਾ ਤੇਰਾ ਹੀ ਤਿੰਨ ਅੱਖਰ ਰਹਿ ਗਏ ਤੁਸੀਂ ਆਪੇ ਲੱਭਣੇ ਹੁਣ ਕਿਹੜੇ ਆ ਠੀਕ ਆ ਤਿੰਨ ਅੱਖਰ ਤਿੰਨ ਤੇ ਬਿਲਕੁਲ ਨੀ ਹੈਗਾ ਗੂਗਲ ਦਾ ਨੰਬਰ ਪਾਉਣਾ ਹੀ ਚਾਹੀਦਾ ਸਾਨੂੰ ਕਿਉਂਕਿ ਸਾਡਾ ਅੱਜ ਆਪਾਂ ਜਾਣਾ ਵਾ ਸਮਾਨ ਵਿੱਚ ਅੱਜ ਪਜਾਣਾ ਸਮਾਨ ਵਿੱਚ ਠੀਕ ਆ ਸਰ ਚੱਲੇ ਆ ਜੇ ਸਾਡਾ ਸਹੀ ਰੇਟ ਵਿਕ ਗਿਆ ਠੀਕ ਹੈ ਨਾ ਤੇ ਗੂਗਲ ਪੇ ਨੰਬਰ ਦੇ ਦਾਂਗਾ ਤੁਹਾਨੂੰ ਮੈਂ ਤੁਹਾਨੂੰ ਸਿੱਧਾ ਗੂਗਲ ਪੇ ਨੰਬਰ ਦੇ ਦਾਂਗਾ ਆਪਾਂ ਕਰਜਾਈ ਹੋਏ ਵਾ ਕਾਦਾ ਸਾਡੇ ਤੇ ਟ੍ਰਿਪ ਹੀ ਸਾਨੂੰ ਲੈ ਬੈ ਗਏ ਪਹਿਲੇ ਟ੍ਰਿਪ ਤੋਂ ਲੈ ਕੇ ਅਖੀਰਲੇ ਟ੍ਰਿਪ ਤੱਕ ਸਹੀ ਗੱਲ ਸਾਨੂੰ ਟ੍ਰਿਪ ਹੀ ਲੈ ਡੁੱਬੇ ਅਸੀਂ ਤੇ ਅਗਲੇ ਟ੍ਰਿਪ ਬਾਰੇ ਦੋ ਵਾਰ ਸੋਚੀਦਾ ਦੋ ਵਾਰ ਸੋਚੀਦਾ ਕਿ ਛੱਡ ਯਾਰ ਕੀ ਕਰਨਾ ਜਾ ਰਿਹਾ ਫਿਰ ਸੋਚੀਦਾ ਚੱਲ ਘਰ ਤੇ ਹੈਗਾ ਹੀ ਆ ਚਲੋ ਵਲੌਗ ਪੱਠੇ ਪੁੱਠੇ ਪਾ ਲਈਏ ਪੱਠੇ ਲੈ ਵੀ ਆਈਏ ਫਿਰ ਤੁਹਾਨੂੰ ਜਾਣੇ ਕਿੱਥੇ ਜਾਣਾ ਆਪਾਂ ਠੀਕ ਹੈ ਲੋਹੀ ਬਾਬੇ ਵਲੌਗ ਸਾਡਾ 2 ਦਿਨ ਹੋ ਗਏ 3 ਦਿਨ ਹੋ ਗਏ ਆ ਇੱਥੇ 2 ਦਿਖਾਉਣ ਡਿਆ ਕਿਉਂਕਿ 24 ਘੰਟੇ ਹੋਏ ਨੇ ਆ ਤਾਂ ਵਲੌਗ ਸਟਿਲ ਟ੍ਰੈਂਡਿੰਗ ਕਿਉਂਕਿ ਪਹਿਲਾਂ ਸ਼ੁਰੂ ਹੋਇਆ 6 ਤੱਕ ਗਿਆ ਵਾ ਟ੍ਰੈਂਡਿੰਗ 6 ਟ੍ਰੈਂਡਿੰਗ 7 8 ਫਿਰ 9 ਤੋਂ ਬਾਅਦ ਫਿਰ ਗਿਆ 15 ਦੇ ਹੌਲੀ ਹੌਲੀ ਮੈਂ 15 ਦੇਖਿਆ ਫਿਰ 18 ਹੀ ਸਵੇਰੇ ਹੁਣ 22 ਤੋਂ ਹੋ ਗਿਆ 3 ਦਿਨ ਹਜੇ ਵੀ ਸਟਿਲ ਟ੍ਰੈਂਡਿੰਗ ਇੰਡੀਆ 'ਤੇ 22 ਨੰਬਰ ਇਹਨੂੰ ਕਹਿੰਦੇ ਨਾ ਫਿਰ ਗੱਲਬਾਤ ਓਕੇ ਫੇਰ ਤੁਹਾਨੂੰ ਵਾ ਕਰੋਣੀ ਬਾਬੇ ਓਕੇ ਫੇਰ ਤੁਹਾਨੂੰ ਕਿਦਾਂ ਕੀ ਸੋਚੇ ਤੇ ਨਹੀਂ ਲੋਟਿੰਗੇ ਲੋਕੀ ਆ ਗਿਆ ਮੈਂ ਡਾਇਲੋਗ ਯਾਦ ਆ ਗਿਆ ਫਿਰ ਭੁੱਲ ਗਿਆ ਰਾਜੀ ਖੁਸ਼ੀ ਸਭ ਰਾਜੀ ਖੁਸ਼ੀ ਕੀ ਸੋਚੇ ਤੇ ਨਹੀਂ ਲੋਟਿੰਗੇ ਲੋਟ ਆਏ ਚਲੋ ਮੈਂ ਕਿਹਾ ਦੱਸਦੀਏ ਹਜੇ ਵੀ ਟ੍ਰੈਂਡਿੰਗ ਜਿਹਾ 3 ਦਿਨ ਹੋ ਗਿਆ ਬਾਕੀ ਚੈਨਲ ਸਬਸਕ੍ਰਾਈਬ ਕਰੋ ਅੱਜ ਦਾ ਵਲੌਗ ਆਪਾਂ ਕਰਦੇ ਆ ਸਾਡਾ ਸਮਾਨ ਵੀ ਚੱਲਾ ਵਾ ਬਹੁਤ ਹੀ ਨਾ ਬਾਈ ਥੱਲੋ ਕਿਲਦਾ ਵੇਖ ਗੋਡੇ ਵੀ ਐਂ ਕਰਦਾ ਸੁਰ ਪੂਰੇ ਪੈਰਾਂ ਤੋਂ ਲੈ ਕੇ ਉੱਤੇ ਤੱਕ ਲੱਗਣ ਡਿਆ ਕਹਿ ਟੋਕਰੇ ਚ ਪੱਠੇ ਪਾਵਾਂ ਦੂਜਾ ਕੀ ਦੂਜੀ ਲੈਣ ਪਾ ਪਜਾਮਾ ਚ ਵੇੜਨ ਮੈਂ ਤੇ ਜੁੱਤੀਆਂ ਬਹੁ ਮਾਰਨੀਆਂ ਓਯੋ ਹੋ ਗਏ ਸਾਡੇ ਤੇ ਹੀ ਹੁਣ ਚੜ ਚੜ ਕੇ ਜਿਹੜੇ ਸਾਡੇ ਸਿਰੋਂ ਚੜੇ ਬੱਲੀਏ ਆਹੋ ਕਈ ਹਰਲਾ ਦੇ ਕਹਿੰਦੇ ਆ ਪਿੰਡਾਂ ਯਾਰ ਪਾ ਦੇ ਦਿਆਲੂ ਬਣਾਈ ਯਾਰ ਤੂੰ ਹੈ
ਤੈਨੂੰ ਪੱਠੇ ਪਾਉਂਦੇ ਦਿਖਾਈ ਜਾਣਾ ਅੱਜ ਪੂਰੇ ਵਲੋਗ ਚ। ਬੰਦ ਕਰ ਦੇ ਕਿੰਨਾ ਸਿੰਗਰ ਸਾਹਿਬ ਕਹਿੰਦੇ ਇੱਕ ਹੋਰ ਗਾਣਾ ਸੁਣਾਉਣਾ। ਹੋਰ ਗਾਣਾ ਆ ਗਿਆ ਮੈਨੂੰ। ਹਾਂਜੀ ਇਹ ਗਾਣਾ ਸੀ ਇਹ ਮੇਰਾ ਫੇਵਰਿਟ ਗਾਣਾ ਨੂੰ ਯਾਦ ਨਹੀਂ ਹੁੰਦਾ ਡੈਡ ਜਿਹੜਾ ਹੁਣੇ ਗਾਉਂਦੇ ਸੀ ਮੈਂ ਦੱਬ ਨਾਲ ਕੋੜਾ ਪਾਵਾਂ ਕੋੜਾ ਪਾਣੇ ਇਸ ਤੋਂ ਪਹਿਲਾਂ ਜਿਹੜਾ ਸੀਗਾ ਦੇਖੀ ਜਾਊਗੀ ਅਲਾ ਦੇਖੀ ਜਾਊਗੀ ਨਹੀਂ ਬਟੋ ਦੇਖੀ ਜਾਊਗੀ ਨਾ ਹੀ ਲੈ ਮਾੜਾ ਜਿਹਾ ਗਾਣਾ ਲਾ ਕੇ ਸੁਣਾ ਹੀ ਦੇ ਮੈਨੂੰ ਮਾੜਾ ਜਿਹਾ ਫੇਰ ਕਰ ਕਰ ਚੱਕ ਲਓ ਜੀ ਗਾਣਾ ਯਾਦ ਆ ਗਿਆ ਧੜੇ ਬਾਜੀ ਹੁੰਦੀ ਫਿਰਦੀ ਆ ਭੱਲੀਏ ਲੈਣ ਨੂੰ ਉਹ ਫਿਰਦੇ ਆ ਵੈਰ ਤਾਰਿਆ ਟਿੱਡੀਆਂ ਨੂੰ ਹੋਇਆ ਅੱਜ ਕੰਮ ਫਿਰਦਾ ਭੁੱਲ ਗਿਆ ਸਾਲੇ ਸਾਡੀ ਹੱਥੀ ਪਾਲਿਆ ਗੋਲੀ ਲੈਣੀ ਪੁੱਛਣਾ ਆ ਰਾਹ ਕਿਸੇ ਨੂੰ ਨਿਕਲ ਪਸਤੌਲੀ ਫਿਰ ਕਹਿਣੂ ਜਾਊਗੀ ਉਹ ਵੇਖੀ ਜਾਊਗੀ ਨੀ ਕੁੜੇ ਵੇਖੀ ਜਾਊਗੀ ਫਿਰੇ ਮੌਤ ਨੱਚ ਉਹ ਆ ਕੇ ਬੜਾ ਜੰਨਾ ਸ਼ੂਟਿੰਗ ਪੂਰੀ ਕਰਾ ਨਾ ਯਾਰ ਆਇਆ ਕੱਟਣਾ ਬੜਾ ਜ਼ਿਆਦਾ ਗੰਦਾ ਹੋ ਜਾਂਦਾ ਹਾਂ ਸੁਣਾ ਸੁਣਾ ਉਹ ਧੜੇ ਬਾਜੀ ਹੁੰਦੀ ਫਿਰਦੀ ਆ ਬੱਲੀਏ ਲੈਣ ਨੂੰ ਜੋ ਫਿਰਦੇ ਆ ਵੈਲ ਕਾਲਿਆ ਢਿੱਡੀਆਂ ਨੂੰ ਹੋਇਆ ਇੰਜ ਕੰਮ ਫਿਰਦਾ ਭੁੱਲ ਗਿਆ ਸਾਲੇ ਸਾਡੇ ਹੱਥੀ ਪਾਲਿਆ ਗੋਲੀ ਲੈਣੀ ਪੁੱਛਣਾ ਆ ਰਾਹ ਕਿਸੇ ਨੂੰ ਨਿਕਲ ਪਸਤੌਲੀ ਫਿਰ ਕਹਿਣੂ ਜਾਊਗੀ ਉਹ ਵੇਖੀ ਜਾਊਗੀ ਨੀ ਕੁੜੇ ਵੇਖੀ ਜਾਊਗੀ ਫਿਰੇ ਮੌਤ ਨੱਚਦੀ ਆ ਕਿਨੂੰ ਆਊਗੀ ਵੇਖੀ ਜਾਊਗੀ ਨੀ ਕੁੜੇ ਵੇਖੀ ਜਾਊਗੀ ਫਿਰੇ ਮੌਤ ਨੱਚਦੀ ਆ ਕਿਨੂੰ ਆਊਗੀ ਫੜ ਆਪਣੀ ਮੌਤ ਕੋਲ ਰੱਖ ਦੇ ਧੂੜੀ ਬੋਏ ਧੂੜੀ ਬੋਏ ਧੂੜੀ ਬੋਏ ਧੂੜੀ ਡਿੱਗ ਡਿੱਗ ਇਹਦੇ ਤਾਂ ਡਿੱਗ ਆਹ ਕਣਕ ਵੀ ਪਾਉਣੀ ਹਜੇ ਆਪਾਂ ਡਰਮੀ ਚ ਭੂਆ ਚਲੋ ਕਣਕ ਪਵਾਓ ਨਾਲ ਚਲੋ ਲੇਬਰ ਲੱਗ ਗਈ ਲੇਬਰ ਲੱਗ ਗਈ ਪੇਜ ਢੋਣਾਂ ਦੀ ਕਣਕ ਬਜਾਉਂਦੇ ਉੱਤੇ ਕੰਟੈਂਟ ਬਣਾਉਂਦੇ ਚੱਕਰ 'ਚ ਖਲਾਰਾਂ ਨੂੰ ਫਿਰਦੇ ਥੋੜ੍ਹੀ ਜਿਹੀ ਖਲਾਰ ਵੀ ਹੋਇਆ ਰਹਿਣ ਦੇ ਪਹਿਲਾਂ ਰੱਖ ਲਈ ਪੀਲੇ ਵਾਲੇ ਚੱਲ ਆਓ ਲੈ ਕੇ ਆਓ ਚੱਲ ਤੇਰੀ ਵਾਰੀ ਮੈਂ ਲੈ ਕੇ ਆਇਆ ਇਕੱਲਾ ਬਹੁਤਾ ਦੂਰ ਨਹੀਂ ਚਾਹੀਦਾ ਇਹ ਉਹਨੇ ਹੋਰ ਕੰਟੈਂਟ ਬਣਾਇਆ ਓਹ ਜ਼ਿਆਦਾ ਦੂਰੋਂ ਨਹੀਂ ਚੁੱਕੀ ਲਿਆਈਦੇ ਬਸ ਇੱਥੋਂ ਹੀ ਚੁੱਕਣੀ ਹੈ ਆਜੋ 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 ਮੁੰਡਿਓ ਆਜੋ ਆ ਮਿਰਚ ਬਣਾ ਨਾ ਤੋੜਦੇ ਵੇਖਿਓ ਆਜੋ ਆਜੋ ਜਿਹੜਾ ਵੀ ਮਿਰਚ ਪਲਾਂਟ ਕਹੀ ਜਾਂਦਾ ਉਹ ਮਨੀ ਪਲਾਂਟ ਸੋਰੀ ਵੇਖੀ ਪਾਰਟੀ ਨਾ ਜਾਏ ਕਿਤੇ ਡੋਲਾ ਤੇਰਾ ਚੱਲ ਹੈ ਕੁਇੰਟਲ ਇਹ 90 ਕਿਲੋ ਆ ਪੂਰੀ ਪੂਰੀ ਬਣਾਉਂਗਾ ਸਟੋਰੀ ਮੈਂ ਕਿੱਥੋਂ ਸ਼ੁਰੂ ਹੋਇਆ ਕਿੱਥੋਂ ਕੰਮ ਇੱਕ ਤਾਂ ਬੁਰਾ ਰਾਜੇ ਰੱਖ ਲਈ ਮੈਂ ਕਹਿੰਦਾ ਇੱਕ ਤਾਂ ਬੁਰਾ ਰੱਖ ਲਈ ਰਾਜੇ ਲਈ ਹੁਣ ਚੱਲੇ ਆਪਾਂ ਸ਼ਹਿਰ ਘੁਮਾਣ ਫਰਾਨ ਮੁੰਡੇ ਨੂੰ ਦੱਸ ਸਹੀ ਤਰ੍ਹਾਂ ਕਰ ਸਬ ਤੋਂ ਟੋਪ ਮਾਡਲ ਜਿਹੜਾ ਫਿਰ ਫੋਨ ਵੇਚਾਂਗੇ ਹੌਲੀ ਹੌਲੀ ਵੇਚ ਵੂਚ ਕੇ ਕਿਤੇ ਪੈਸੇ ਪੂਸੇ ਇਕੱਠੇ ਕਰਕੇ ਕੋਈ ਨੰਬਰ ਤੁਹਾਨੂੰ ਯਾਦ ਹੀ ਆ 708-7603-8 ਤੇ ਫਿਰ ਉਹ ਸਾਰਾ ਕੁਝ ਵੇਚ ਵੂਚ ਕੇ ਫਿਰ ਕਿਸੇ ਕੋਈ ਦੇਖਦੇ ਕਿਤੇ ਜਾਣ ਜੂਣ ਦਾ ਕਿਤੇ ਬਾਹਰ ਦੀ ਫਾਈਲ ਲਾਉਂਦੇ ਪੈਸੇ ਪੂਸੇ ਇਕੱਠੇ ਕਰਕੇ ਲੈਪਟਾਪ ਵਿੱਚ ਹੌਲੀ ਹੌਲੀ ਤੂੰ ਵੀ ਵੇਚਣ ਡਿਆ ਸਮਾਨ ਹੈ ਮੋਟਾ ਹੀ ਵੇਚਣਾ ਚਲੋ ਦੇਖਦੇ ਹੁਣ ਆਪਾਂ ਆਈ ਚੱਲੇ ਆਪਾਂ ਅਤੇ ਲੈਪਟਾਪ ਥੋੜ੍ਹਾ ਖਰਾਬ ਹੋਇਆ ਚੈੱਕ ਕਰਾਉਂਦੇ ਜੇ ਸੈੱਟ ਰਿਹਾ ਠੀਕ ਰਹੇ ਤਾਂ ਫਿਰ ਉੱਥੇ ਵੇਚ ਆਉਣਾ ਫਿਰ ਮੋਟਾ ਮੋਟਾ 15 ਘਟਾ ਦੋ 15-1600 ਰੁਪਈਆ ਘਟਾ ਦੋ ਮੈਂ ਕਾਲਜ ਤੋਂ ਆਇਆ ਲੈਪਟਾਪ ਠੀਕ ਕਰਾ ਲਿਆ ਆਪਾਂ ਠੀਕ ਹੀ ਹੋ ਗਿਆ ਵਾ ਠੀਕ ਹੈ ਲੈਪਟਾਪ ਪ੍ਰੋਬਲਮ ਕੋਈ ਨਹੀਂ ਸੀਗੀ ਬਸ ਥੋੜ੍ਹੀ ਜਿਹੀ ਖਰਾਬੀ ਆਈ ਸੀਗੀ ਚੈੱਕ ਕਰਾਉਣ ਆਏ ਸੀਗੇ ਸਮਝੋ ਆਹ ਦੇਖੋ ਨਾ ਇੱਥੋਂ ਆਹ ਦੇਖੋ ਆਹ ਇੱਥੋਂ ਆਹ ਮਾੜਾ ਜਿਹਾ ਟੁੱਟ ਗਿਆ ਸੀ ਇਹਦੇ ਕਰਕੇ ਥੋੜ੍ਹੀ ਇਹ ਥੋੜ੍ਹੀ ਜਿਹੀ ਖਰਾਬੀ ਆਈ ਸੀ ਥੋੜ੍ਹਾ ਜਲੰਧਰ ਦੇ ਇਹ ਸੱਚੀ ਫੇਮਸ ਹੋਇਆ ਫੇਮਸ ਠੀਕ ਹੈ ਇਹ ਫੇਮਸ ਕੁਲਚੇ ਖਾਣ ਲੱਗੇ ਆਪਾਂ ਛੋਲੇ ਕੁਲਚੇ ਜੇ ਕਹਿੰਦੇ ਲੈਪਟਾਪ ਲੈਣਾ ਤਾਂ ਟੌਪ ਟੈਕਨੋਲੋਜੀ ਜਿਹੜੇ ਅਮਰੀਕਾ ਕੈਨੇਡਾ ਬੈਠੇ ਆ ਉਹਨਾਂ ਦੇ ਮੂੰਹ 'ਚ ਪਾਣੀ ਹੋਣ ਲਿਆਉਣਾ ਲੋਕ ਕਹਿੰਦੇ ਦਾਲ ਡੋਲ ਗਈਆਂ ਡੋਲ ਖਾਂਦੇ ਡੋਲ ਡੋਲ ਖਾਈ ਦੀ ਬੜੇ ਡਾਊਨ ਟੂ ਅਰਥ ਬੰਦੇ ਆ ਕਦੀ ਦੇ ਇੱਥੇ ਵੀ ਡੋਲ ਲਈਦੀ ਆ ਲੋਹੇ ਬਾਬੇ ਉਹ ਕੱਲ੍ਹ ਦਾ ਵਲੋਗ ਹੀ ਨਹੀਂ ਕੋਈ ਬਣਾਉਣਾ ਆਪਾਂ ਬਿਜ਼ੀ ਸੀ ਚਾਚਾ ਜੀ ਨਾਲ ਗਏ ਸੀ ਆਪਾਂ ਸਵੇਰ ਦੇ ਚਾਚਾ ਜੀ ਸਾਨੂੰ ਘੁਮਾਉਣ ਡੇ ਆ ਸਾਨੂੰ ਮੈਗਟੀ ਵੀ ਖਵਾਇਆ ਅਤੇ ਸੈਰ ਕਰਾਈ ਹੈ ਜਲੰਧਰ ਸ਼ਹਿਰ ਦੀ ਜਲੰਧਰ ਤੋਂ ਬਾਹਰ ਵੀ ਕਪੂਰਥਲੇ ਸ਼ਹਿਰ ਦੀ ਸੈਰ ਕਰਾਈ 2000 ਜ਼ਰੂਰੀ ਕੰਮ ਕਰਕੇ ਆਏ ਹਾਂ
ਚਾਚਾ ਕੋਈ ਗੱਲਬਾਤ ਕੋਈ ਸੁਣਾ ਦੋ ਕਾਫੀ ਸਮੇਂ ਬਾਅਦ ਅੱਜ ਸਮਾਪ ਬਣੇ ਵਿਆਹ ਤੋਂ ਬਾਅਦ ਗੋਪੇ ਭਾਈ ਦੇ ਵਿਆਹ ਤੋਂ ਬਾਅਦ ਨਹੀਂ ਫਿਰ ਆਪਾਂ ਉੱਥੇ ਵੀ ਗਏ ਸੀ ਸੱਚ ਧਰਮਸ਼ਾਲਾ ਤੋਂ ਬਾਅਦ ਅੱਜ ਦੁਬਈ ਤੋਂ ਆ ਕੇ ਭਾਈ ਨੂੰ ਮਿਲੇ ਆਪਾਂ ਕੋਈ ਗੱਲਬਾਤ ਕੋਈ ਬਾਕੀ ਵਲੋਗ ਕੰਟੀਨਿਊ ਕਰਦੇ ਮੁੰਡੇ ਆ ਗਏ ਰਾਜੇ ਤੈਨੂੰ ਪਤਾ ਕਿੰਨੇ ਲੋਕੀ ਯਾਦ ਕਰਨ ਡੇ ਕਿਤੇ ਯਾਰ ਰਾਜੇ ਕੋ ਕੰਮ ਕਰਾਓ ਕੋਈ ਰੋਜ਼ ਕੈਮਰਾ ਸਾਫ਼ ਕਰ ਲੈ ਅੱਜ ਕੱਲ ਕਣਕ ਦਾ ਕਾਰੋਬਾਰ ਚੱਲਣ ਡਿਆ ਪਹਿਲਾਂ ਪ੍ਰੀਤ ਹੋਣਾ ਕਰੇ ਚਕਾਈ ਤੁਹਾਡੇ ਘਰੇ ਤੇ ਨੀ ਹੈਗੀ ਚੱਕ ਲੈਣਾ ਦੋ ਚੱਕ ਲੈ ਮੋਢੇ ਰੱਖ ਲਾ ਬਾਹ ਪੌੜੀਆਂ ਆਪਣੀ ਨੀ ਹੋਣੀ ਫਿਰ ਆਹ ਘੱਟ ਆਹ ਕੀ ਆ ਵੱਖਰਾ ਜਾ ਆਹ ਆਟਾ ਵਾ ਵਾਕਿਆ ਜੰਗ ਲੱਗੀ ਰਾਜੇ ਕੀ ਪਾਣੀ ਨੀ ਨਾ ਏਦਾਂ ਪਾਵਰ ਬੈਂਕ ਲਿਆ ਫੋਨ ਨਾ ਕਿਤੇ ਪਾਵਰ ਬੈਂਕ ਤੋਂ ਬਗੈਰ ਕਹਿੰਦੇ ਵਿੱਚ ਹੀ ਪਾਵਰ ਬੈਂਕ ਲਿਆ ਸਿੱਧਰੇ ਜਿਹੇ ਕੰਮ ਡਰਾਮ ਵੀ ਲਟਾਉਣ ਲੱਗਦਾ ਮੈਨੂੰ ਪ੍ਰੀਤ ਦੇ ਪਰਨੇ ਥੱਲੇ ਸਿਰ ਵੀ ਹੈਗਾ ਨਾ ਕੱਲਾ ਪਰਨਾ ਨੀਗਾ ਉਹ ਕਹਿੰਦਾ ਪ੍ਰੀਤ ਦੇ ਪਰਨੇ ਡਿੱਗੋ ਗਾ ਰੋਜ਼ ਰੋਜ਼ ਵੇਖੋ ਬਾਹਰ ਨਾ ਡੋਲਦੇ ਤੈਨੂੰ ਬੜਾ ਪਤਾ ਤੂੰ ਕਿੱਡਾ ਥੱਲਿਓ ਲਿਆ ਹੁਣ ਪੁੱਤਰ ਥੱਲੇ ਤੁਸੀਂ ਇੱਧਰ ਨੂੰ ਕੈਮਰਾ ਇੱਧਰ ਨੂੰ ਕਰੋ ਇੰਨਾ ਮੈਂ ਰੱਖੋ ਕੈਮਰਾ ਦੋ ਬੋਰੇ ਪੈ ਗਏ ਚਾਰ ਹੋ ਗਿਆ ਕੀ ਕਰੀ ਜਾਂਦਾ ਵਾ ਬੋਲਣਾ ਦਿਓ ਥੱਲੇ ਮੈਂ ਖਲਾਰਾ ਪੈ ਜਾਣਾ ਸਾਰਾ ਉਹ ਸਾਬੀ ਹੋਣੀ ਦੋ ਜਾਣੇ ਚੁੱਕ ਕੇ ਲਿਆਉਣ ਡੇ ਸਰ ਮੈਂ ਆਪਣੀ ਜਵਾਨੀ ਦੇ ਵਿੱਚ ਇੱਕ ਕੁਇੰਟਲ ਦਾ ਪੂਰਾ ਚੁੱਕ ਦਿੰਦਾ ਆਪ ਕਹਿੰਦੇ ਸਾਬੀ ਹੋਣੀ ਦੋ ਜਾਣੇ ਪੂਰੇ ਚੁੱਕ ਲੈਣੇ ਮੈਂ ਆਪਣੀ ਜਵਾਨੀ ਵਾਲੇ ਕੁਇੰਟਲ ਚੁੱਕ ਇੱਥੇ ਬਣਾ ਦੋ ਇੱਥੇ ਬਣਾ ਦੋ ਇੱਥੇ ਬਣਾ ਦੋ ਮੈਨੂੰ ਤਾਂ ਮਾਰ ਲਿਆ ਬਸ ਮਜਬੂਰੀ ਆ ਗਈ ਕੰਮ ਮੈਨੂੰ ਲੋ ਜੀ ਲਾਸਟ ਬੋਰਾ ਵਾ
ਬਾਕੀ ਬੋਰੇ ਚੜਾਤੇ ਬੋਰੇ 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 ਲਾਸਟ ਤੇ ਕੰਮ ਕਰਨਾ ਹੀ ਨਾ ਕਾਹ ਦਾ ਤਾਂ ਤੱਕ ਤਾਂ ਤੱਕ ਚਲੋ दो सस हटदियां बीबी दही का कोला देगी मम्मा ने लस्सी का गिलास ब्लॉग फिर नहीं शूट किया भाजी ना गए फिर आ गए बीबी है नहीं बीबी कित गई सी बीबी गई गवाच वह आंदा आप दोबारा ब्लॉग बना के सारी स्टोरी दस दे बीबी कितने किदा गवाच गई रात 11-12 बजे तक सड़क से लभदे सके दादे तुम ब्लॉग अभी तो मैं क्या दादी है कि उठ गया 7 AM हो गए पूरे टिच 7 बजे उठ जाना दादी है मैं उठ गए बाकी मिलते थोड़ी देर कुत्ते नहाने की बारी आई है एक तो नहा लिया हाँ कदा फिर आया मजा बुखा भी दे माड़ा जहा कि नहाता भी है कमजोर जरा ठंड लग जानी फट कर आके भजना इन्हें दूजा भी दिखाने दूजा दूजा भी नहा दिया दोनों की सर्विस होनी दो दिन बाद दो सर्विस होया करनी गर्मी इन्नी है मिट्टी के धक्के खाने जा जा कहीं की पानी लड़ता पानी लड़ता शैंपू शैंपू ला के फिर बना गंदा लैना में चक तिना महीना जवाक न कंबल च रखा वे ਕੱਢ ਦੇ ਨੂੰ ਹੁਣ ਗਰਮੀ ਨਾਲ ਤੂੰ ਪਿੱਤ ਕਰਾ ਦਿੰਦੀ ਖਰੇ ਉਹਨੂੰ ਕੀ ਖਰਾਬ ਹੋ ਜਾਣਾ ਇਹਨੂੰ ਬੰਨ ਛੱਡੋ ਨਾ ਕਣੀ ਕਰੋ ਸਾਡੀ ਰੋਕੀ ਫਿਲਮ 3 ਦਿਨਾਂ 'ਚ ਖਤਮ ਹੋਈ ਆ ਪਰ ਮੈਂ ਵੀ ਆਪਣੀ ਮਾਂ ਨੂੰ ਓਏ ਮੈਂ ਵੀ ਮੰਮੀ ਨੂੰ ਕਹਿੰਦਾ ਦੁਨੀਆ ਦਾ ਸਾਰਾ ਸੋਨਾ ਲਾ ਕੇ ਦਿੰਦੀ ਆ ਬਈ ਬਸ ਕੀ ਚਾਹੀਦਾ ਬਸ ਓਏ 3 ਦਿਨਾਂ 'ਚ ਸਾਡੀ ਰੋਕੀ ਮੈਂਟਲ ਖਤਮ ਹੋਈ ਆ ਰੋਕੀ ਮੈਂਟਲ ਨਹੀਂ ਕੱਲੀ ਰੋਕੀ ਆ KGF ਚੱਲੇ ਹੁਣ ਘਰੇ ਵਾਪਸ ਟਾਈਮ ਕਿੰਨਾ ਹੋ ਗਿਆ 30-35 ਬੰਦੇ बीबी गई सी कि काम बीबी साडी गई उत्थे जाके गुआच असि अद्धी रात सड़क उत्ते लाउदे रहे फोटो दिखा के हां वी साडी बीबी साडी बीबी ठीक है लाते बीबी कि काम गए तुहानू दसना नहीं हैगा ठीक है ਉਹਦਾ ਬਾਅਦ ਦੱਸਾਂਗੇ ਜਦੋਂ ਕੰਮ ਹੋਇਆ ਹੋਊਗਾ ਅਤੇ ਬੀਬੀ ਸਾਡੀ ਗਵਾਚ ਗਈ ਫਿਰ ਉਹ ਬੀਬੀ ਨਾਲ ਤਾਂ ਇੰਟਰਵਿਊ ਕਰਾਉਂਦੇ ਹਾਂ ਕਿ ਸਾਨੂੰ ਕੀ ਸੀ ਹਿਸਾਬ ਕਿਤਾਬ ਜੋ ਸੀ ਕਿੱਦਾਂ ਰਿਹਾ ਤੂੰ ਠੀਕ ਆ ਮੈਂ ਤਾਂ ਠੀਕ ਹਾਂ ਪਰ ਤੇਰਾ ਦਿਮਾਗ ਖਰਾਬ ਹੋ ਗਿਆ ਲੱਗਦਾ ਇਸ ਹਿਸਾਬ ਨਾਲ ਮੈਂ ਠੀਕ ਰਹਿਣਾ कैसी तेरी खुदगर्जी कैसी तेरी खुदगर्जी ਐ ਵਲੋਗ ਚ ਮੈਂ ਗਾਣੇ ਸੁਣਾਏ ਸ਼ਾਇਦ कैसी तेरी खुदगर्जी हांजी सुरिंदर कौर जी मैं सुनिया तुसी किते गए सी उत्थे तुसी गवाच गए छित्तर ना खा लियो तुसी मैं गवा सकनी आ देखो मैं तुहानू पहला पूरी गल दसदा वा दादी मैं दसन लगा ना जे झूठा बोलिया करो गलत मलत गल ना करिया करो छत्तर खा लोगे बीबी गई सी कि काम ते सानू फोन किया कि मैं 9:30-10:30 तक घरे गवाच नहीं मैं गई मेरा फोन बंद हो गया साडे ते गवाच गए ना मेरा ना कनेक्ट नहीं हो सकया तुहाडा हां ते सानू लगा गवाच गए कनेक्ट नहीं हो सकया मेरी गल सुनो बीबी ने कहा 9:30-10 तक मैं बस स्टैंड आ जाना मैं लैन आ जाओ मैं एक बार 9 बजे फोन किया पुछा फोन स्विच ऑफ मैं लै लो आ गया फोन हूँ अभी 10 बजे तक वेट की 10:30 हो गए पता नहीं कोई फोन चालू नहीं हो चल अनो नंबर तो फोन आ जाऊगा आया नहीं फोन फिर असी गड्डी चक्की फोटो बीबी की एक लई तो बस स्टैंड जाके पुछते नहीं लभे आप तुम जाके आप फोटो दिखाई मिल गया नहीं मैं क्या देखो फोटो आ देखो मैं क्या बीबी वेखी हाडी बीबी वेखी हाडी बीबी वेखी सारे कह नहीं भरावा नहीं भरावा इदा इदा उत्थे होया घर आ चीज वापस कहीं सानू पुछया वी की गल होगी वीर जी की गल होगी भाजी मैं क्या आप बीबी लभण जे तुम तुम गवाच नहीं गए केड़ी गल बीबी छो एक अद्धर इधर आशीर्वाद दो माड़ा ब्लॉग एंड करना फिर नवा शुरू कर दे
ਇੱਧਰ ਆਸ਼ੀਰਵਾਦ ਲੈ ਮਾੜਾ ਜਾ ਕੇ ਚੱਲ ਇੱਧਰ ਬੀਬੀ ਆਟੋ ਤੇ ਘਰੇ ਆ ਗਈ ਕੰਮ ਬੜਾ ਘੈਂਟ ਆਪਾਂ ਚੀਜ਼ ਤੁਹਾਨੂੰ ਲਿਆ ਕੇ ਦਿਖਾਉਣੀ ਸਪਲਾਈ ਠੀਕ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨਵੇਂ ਵਲੌਗ ਚ ਬਾਏ ਬਾਏ ਟੇਕ ਕੇਅਰ ਬਾਏ।